ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉਂ ਪਾਈ ਗੁਰ ਪੂਰੇ ਜੇ ਸੌ ਖੇਲ ਖੇਲਾਈਐ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉਂ ਪਾਈ ਗੁਰ ਪੂਰੇ ਜੇ ਸੌ ਖੇਲ ਖੇਲਾਈਐ ਬਾਲਕ ਰਹਿ ਨਾ ਸਕੈ ਬਿਨ ਖੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਅੰਮਾਲੇ ਜੇ ਸਭ ਭੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੇਮ ਪਿਰਮ ਕਾ ਬਿਨ ਦਰਸ਼ਨ ਕਿਉਂ ਮਨ ਧੀਰੇ ਸੁਣ ਸੱਜਣ ਮੇਰੇ ਪ੍ਰੀਤਮ ਭਾਈ ਮੈਂ ਮਿਲਿਓ ਮਿੱਤਰ ਸੁਖਦਾਤਾ ਉਹ ਜੀਅ ਕੇ ਮੇਰੇ ਸਭ ਬੇਦਨ ਜਾਣੈ ਨਿਤ ਸੁਣਾਵੈ ਹਰ ਕੀਆਂ ਬਾਤਾਂ ਹਉ ਇੱਕ ਖੇਨ ਤਿਸ ਬਿਨ ਰਹਿ ਨਾ ਸਕਾ ਜਿਉਂ ਚਾਤ੍ਰਿਕ ਜਲ ਕਉ ਬਿਲ ਲਾਤਾ ਹਉ ਕਿਆ ਗੁਣ ਤੇਰੇ ਸਾਰ ਸੰਭਾਲੇ ਮੈਂ ਨਿਰਗੁਣ ਕਉ ਰੱਖ ਲੇਤਾ ਹਉ ਭਈ ਉਡੇਣੇ ਕੰਤ ਕਉ ਅਮਾਲੇ ਸੋ ਪਿਰ ਕਦ ਮੈਣੇ ਦੇਖਾ ਸਭ ਰਸ ਭੋਗਣ ਵਿਸਰੇ ਬਿਨ ਪਿਰ ਕਿਤਾ ਨਾ ਲਿਖਾ ਇਹੋ ਕਾਪੜ ਤਨ ਨਾ ਸੁਖਾਵਈ ਕਰ ਨਾ ਸਕਾਉ ਹਉ ਵੇਸਾ
ਜਿਨੇ ਸਖੇ ਲਾਲ ਰਾਵਿਆ ਪਿਆਰਾ ਤਿਨੇ ਆਗੈ ਹਮ ਆਦੇਸਾ ਮੈਂ ਸਭ ਸਿਗਾਰ ਬਣਾਇਆ ਅਮਾਲੇ ਬਿਨ ਪਿਰ ਕਾਮਨਾ ਆਏ ਜਾ ਸਹਿਬਾਤ ਨਾ ਪੁੱਛੀਆ ਅਮਾਲੇ ਤਾ ਬਿਰਥਾ ਜੋਵਨ ਸਭ ਜਾਏ ਧੰਨ ਧੰਨ ਤੇ ਸੁਹਾਗਣੀ ਅਮਾਲੇ ਜਿਨ ਸਹੁ ਰਹੇ ਆਸਮਾਏ ਹਉ ਵਾਰਿਆ ਤਿਨ ਸੁਹਾਗਣੀ ਅਮਾਲੇ ਤਿਨ ਕੇ ਧੋਵਾਂ ਸਦ ਪਾਏ ਜਿੱਚਰ ਦੂਜਾ ਭਰਮ ਸਾ ਅਮਾਲੇ ਤਿੱਚਰ ਮੈਂ ਜਾਣਿਆ ਪ੍ਰਭ ਦੂਰੇ ਜਾ ਮਿਲਿਆ ਪੂਰਾ ਸਤਿਗੁਰੂ ਅਮਾਲੇ ਤਾ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁਖਾ ਸੁਖ ਪਾਇਆ ਅਮਾਲੀ ਫਿਰ ਸਰਬ ਰਹਿਆ ਪਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਅਮਾਲੇ ਗੁਰ ਸਤਿਗੁਰ ਕੈ ਲੱਗ ਪੈਰੇ ਮੈਂ ਸਰਬ ਸੁਖਾ ਸੁਖ ਪਾਇਆ ਅਮਾਲੀ ਫਿਰ ਸਰਬ ਰਹਿਆ ਪਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਅਮਾਲੀ ਗੁਰ ਸਤਿਗੁਰ ਕੈ ਲੱਗ ਪੈਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉਂ ਪਾਈ ਗੁਰਪੂਰੇ ਜੇ ਸੋ ਖੇਲ ਖੇਲਾਈਐ ਬਾਲਕ ਰਹਿ ਨਾ ਸਕੈ ਬਿਨ ਖੀਰੇ।